ਗੁੱਡ ਮਾਰਨਿੰਗ ਸਟੂਡੈਂਟ, ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੜ੍ਹਾਂਗੇ ਜਮਾਤ 10ਵੀਂ, ਵਿਸ਼ਾ ਪੰਜਾਬੀ, 10ਵੀਂ ਦੀ ਪਾਠ ਪੁਸਤਕ ਸਹਿਤਮਾਲਾ ਵਿੱਚ ਦਰਜ ਹਾਸ਼ਮ ਸ਼ਾਹ ਦਾ ਕਿੱਸਾ ਸੱਸੀ ਅਤੇ ਪੁੰਨੂ। ਤੁਰਸਾ ਮੂਲ ਨਾ ਮੁੜਸਾ ਰਾਹੂ, ਜਾਨ ਤਲੀ ਪਰ ਤਰਸੈ। ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਆਪਣੇ ਪੁੰਨੂ ਨੂੰ ਪ੍ਰਾਪਤ ਕਰਨ ਲਈ ਉਹ ਹਰ ਇੱਕ ਭਿਆਨਕ ਰਸਤੇ 'ਤੇ ਤੁਰਨ ਲਈ ਤਿਆਰ ਹੈ, ਪਰ ਉਹ ਪਿੱਛੇ ਨਹੀਂ ਮੁੜੇਗੀ। ਜਬ ਲਾਗ ਸਾਸ ਨਰਾਸ ਨਾ ਹੋਵੇ, ਮਰਨੋਂ ਮੂਲ ਨਾ ਡਰਸੈ। ਉਹ ਕਹਿੰਦੀ ਉਹ ਆਪਣੇ ਪੁੰਨੂ ਨੂੰ ਪ੍ਰਾਪਤ ਕਰਨ ਲਈ ਮਾਰੂ ਥਲ ਉੱਤੇ ਤੁਰਨ ਲਈ ਤਿਆਰ ਹੈ, ਭਾਵ ਜਾਨ ਤਲੀ 'ਤੇ ਧਰ ਕੇ ਅੱਗੇ ਵੱਲ ਵੱਧਦੀ ਜਾਏਗੀ, ਪਰ ਪਿੱਛੇ ਮੁੜ ਕੇ ਨਹੀਂ ਮੁੜੇਗੀ ਜਿੰਨਾ ਚਿਰ ਉਹ ਆਪਣੇ ਪੁੰਨੂ ਨੂੰ, ਭਾਵ ਆਪਣੇ ਪ੍ਰੀਤਮ ਨੂੰ ਨਹੀਂ ਪਾ ਲੈਂਦੀ। ਜੇ ਰੱਬ ਕੂਕ ਸੱਸੀ ਦੀ ਸੁਨਸੀ, ਜਾਏ ਮਲਾ ਪੱਗ ਪਰਸੈ। ਜੇਕਰ ਸੱਚਾ ਵਾਹਿਗੁਰੂ ਉਸ ਦੀ ਕੂਕ ਉਹ ਸੁਣ ਲਵੇ, ਭਾਵ ਉਹਦੀ ਸਹਾਇਤਾ ਕਰੇਗਾ, ਤੂੰ ਆਪਣੇ ਪ੍ਰੀਤਮ ਦੇ ਪੈਰਾਂ ਨੂੰ ਛੋਏਗੀ। ਹਾਸ਼ਮ ਨਹੀਂ ਸ਼ਹੀਦ ਹੋ ਵੈਸਾ, ਥਲ ਮਾਰੂ ਵਿੱਚ ਮਰਸਾ। ਕਹਿੰਦੇ ਨਹੀਂ ਤਾਂ ਉਹ ਆਪਣੇ ਪੰਧ 'ਤੇ ਤੁਰਦੀ ਹੋਈ, ਭਾਵ ਆਪਣੇ ਪ੍ਰੀਤਮ ਪਿੱਛੇ ਮਾਰੂ ਥਲ ਵਿੱਚ ਜਾਣ ਦੇ ਕੇ ਕੀ ਹੋ ਜਾਵੇਗੀ, ਸ਼ਹੀਦ ਹੋ ਜਾਵੇਗੀ। ਫੜਿਆ ਪੰਧ ਹੋਈ ਤੰਦ ਪਾਂਧਨ, ਟੁੱਟ ਗਈ ਡੋਰ ਪਤੰਗੋਂ। ਭਾਵ ਜਿਹੜਾ ਸੱਸੀ ਨੇ ਮਾਰੂ ਥਲ ਦਾ ਰਸਤਾ ਫੜ ਲਿਆ, ਫੜਨ ਕਰਕੇ ਉਹ ਪਰਦੇਸਨ ਬਣ ਗਈ ਹੈ, ਉਸਦੀ ਹਾਲਤ ਇਸ ਤਰ੍ਹਾਂ ਹੋ ਗਈ ਹੈ ਜਿਵੇਂ ਪਤੰਗ ਦੀ ਡੋਰ ਟੁੱਟਣ ਕਰਕੇ ਹੋ ਜਾਂਦੀ ਹੈ। ਸੱਸੀ ਉਹ ਨਾ ਧਰਤੀ ਆਹੀ, ਪੌ ਪਰ ਪੈਰ ਪਲੰਘੋਂ। ਉਹ ਸੱਸੀ ਅੱਜ ਮਾਰੂ ਥਲ 'ਤੇ ਤੁਰ ਰਹੀ ਹੈ ਜਿਹੜੀ ਕਿ ਪਲੰਘ ਤੋਂ ਹੇਠਾਂ ਪੈਰ ਨਹੀਂ ਉਤਾਰਦੀ ਸੀ। ਦਿਲ ਤੋਂ ਖੌਫ ਉਤਾਰ, ਸਦਾਈ ਵਾਂਗੂ ਸ਼ੇਰ ਪਲੰਘੋਂ। ਭਾਵ ਉਹ ਆਪਣੇ ਦਿਲ ਤੋਂ ਸਾਰੇ ਤਰ੍ਹਾਂ ਦੇ ਖੌਫ ਡਰ ਨੂੰ ਲਾ ਕੇ ਚੱਲ ਰਹੀ ਹੈ ਜਿਵੇਂ ਸ਼ੇਰ ਅਤੇ ਚੀਤਾ ਚੱਲ ਰਿਹਾ ਹੋਵੇ। ਹਾਸ਼ਮ ਜੇ ਦਮ ਜਾਣੇ ਖਲਾਸੀ, ਹੋਕਸ ਕੈਦ ਫਰੰਗੋਂ। ਹਾਸ਼ਮ ਸ਼ਾਹ ਕਹਿੰਦਾ ਗਾ ਉਹ ਜਿਹੜੀ ਸੱਸੀ ਹੈ ਸੋਚ ਰਹੀ ਹੈ ਜੇਕਰ ਉਹ ਇਸ ਮਹਿਮਾ ਵਿੱਚ ਉਹਦਾ ਦਮ ਵੀ ਨਿਕਲ ਜਾਂਦਾ ਤਾਂ ਉਹ ਬਹਿਰੋ ਦੇ ਦੁੱਖ ਤੋਂ ਇਸ ਪ੍ਰਕਾਰ ਹੀ ਮੁਕਤ ਹੋਣਾ ਚਾਹੇਗੀ ਜਿਵੇਂ ਕਿ ਅੰਗਰੇਜ਼ਾਂ ਦੀ ਕੈਦ ਤੋਂ ਮੁਕਤ ਹੋਵਾਂਗਾ। ਕਰ ਅਸਬਾਬ ਲਾਇਆ ਸਹਿਜਾਦੀ, ਫੜਿਆ ਰਾਹ ਛੁੱਤਰ ਦਾ। ਸਹਿਜਾਦੀ ਨੇ ਜਿਹੜਾ ਰਾਹ ਫੜਿਆ ਗਾ ਉਹ ਖਤਰਿਆ ਭਰਿਆ ਗਾ। ਪਾਣੀ ਖੂਨ ਖੁਰਾਕ ਕਲੇਜਾ, ਰਹਿਬਰ ਦਰਦ ਹਿਜਰ ਦਾ। ਭਾਵ ਉਸ ਦਾ ਜਿਹੜਾ ਖੂਨ ਹੈ, ਖੂਨ ਨੂੰ ਪਾਣੀ ਅਤੇ ਕਲੇਜੇ ਨੂੰ ਖੁਰਾਕ ਬਣਾ ਕੇ ਜਿਗਰ ਦੇ ਦਰਦ ਨੂੰ ਰਾਹ ਦੱਸਣ ਵਾਲਾ ਬਣਾ ਲਿਆ ਗਾ। ਗਲ ਵਿੱਚ ਵਾਲ, ਅੱਖੀ ਵਿੱਚ ਸੁਰਖੀ, ਸੋਜ ਜਨੂਨ ਕੈਰ ਦਾ। ਭਾਵ ਉਹਦੇ ਗਲ ਵਿੱਚ ਖੁੱਲ੍ਹੇ ਹੋਏ ਵਾਲ ਹੈ, ਅੱਖਾਂ ਵਿੱਚ ਲਾਲੀ ਹੈ ਅਤੇ ਦਿਲ ਵਿੱਚ ਜਿਹੜਾ ਇਸ਼ਕ ਦਾ ਜਨੂਨ ਭਾਵ ਝਲਕ ਰਿਹਾ ਗਾ। ਹਾਸ਼ਮ ਵੇਖ ਹਵਾਲ ਕਲੇਜਾ, ਕੈਲ ਸਮਝ ਕਮਰ ਦਾ। ਭਾਵ ਹਾਸ਼ਮ ਸ਼ਾਹ ਜਿਹੜਾ ਉਹਦੇ ਹਾਲਾਤ ਦੇਖ ਕੇ ਸੂਰਜ ਅਤੇ ਚੰਦ ਵੀ ਦਾ ਜਿਹੜਾ ਕਲੇਜਾ ਵੀ ਕੀ ਹੋ ਗਿਆ, ਕਾਇਲ ਹੋ ਗਿਆ, ਭਾਵ ਕਾਇਲ ਹੋ ਗਿਆ ਗਾ। ਚਮਕੀ ਆਣ ਦੁਪਹਿਰੀ ਵੇਲੇ, ਗਰਮੀ ਗਰਮ ਬਹਾਰੇ। ਭਾਵ ਦੁਪਹਿਰ ਹੋਣ ਕਰਕੇ ਜਿਹੜੀ ਰੁੱਤ ਭਾਗੀ ਹੈ, ਤਪਦੀ ਵਾਉ ਵਗੇ ਅਸਮਾਨੋਂ। ਅਸਮਾਨ ਜਿਹੜੀ ਹੈ ਉੱਪਰ ਗਰਮ ਹਵਾ ਵਗ ਰਹੀ ਹੈ, ਪੰਛੀ ਮਾਰ ਉਤਾਰੇ ਅਤੇ ਉਹ ਪੰਛੀਆਂ ਨੂੰ ਮਾਰ ਮਾਰ ਕੇ ਹੇਠਾਂ ਸੁੱਟ ਰਹੀ ਹੈ। ਆਤਸ਼ ਦਾ ਦਰਿਆ ਖਲੋਤਾ, ਥਲ ਮਾਰੂ ਵੱਲ ਚਾਰੇ। ਜਿਵੇਂ ਸਾਰੇ ਮਾਰੂ ਥਲ ਵਿੱਚ ਅੱਗ ਦਾ ਜਿਹੜਾ ਦਰਿਆ ਕੀ ਹੁੰਦਾ ਗਾ, ਖਲੋਤਾ ਹੋਇਆ ਨਜ਼ਰ ਆ ਰਿਹਾ। ਭਾਵ ਜਿਹੜੀ ਧੁੱਪ ਵਿੱਚ ਸੜਦੀ ਬਲਦੀ ਰੇਤ ਇਸ ਤਰ੍ਹਾਂ ਮਾਰੂ ਥਲ ਦੇ ਤਨ ਵਾਂਗ ਪ੍ਰਤੀਤ ਹੋ ਰਹੀ ਆ। ਹਾਸ਼ਮ ਫਿਰ ਵਿਛਾਂ ਨਾ ਮੁੜਦੀ, ਲੂ ਲੂ ਹੋਤ ਪੁਕਾਰੇ। ਭਾਵ ਹਾਸ਼ਮ ਸ਼ਾਹ ਕਹਿੰਦਾ ਕਿ ਇੰਨੀਆਂ ਤਕਲੀਫਾਂ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਸੱਸੀ ਆ ਜਿਹੜੀ ਵਿਛਾਂ ਨਹੀਂ ਮੁੜਦੀ, ਭਾਵ ਉਹਦਾ ਲੂ ਲੂ ਜਿਹੜਾ ਪੁੰਨੂ ਨੂੰ ਪੁਕਾਰ ਰਿਹਾ।
ਨਾਜ਼ਕ ਪੈਰ ਗੁਲਾਬੀ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ। ਕਹਿੰਦਾ ਵਾ ਮਾਰੂ ਥਲ ਵਿੱਚ ਪੰਨੂ ਦੀ ਢਾਚੀ ਦੇ ਪੈਰ ਨੂੰ ਲੱਭ ਰਹੀ ਸੀ, ਭਾਵ ਉਹਦੇ ਪੈਰ ਗੁਲਾਬ ਵਰਗੇ ਨਾਜ਼ਕ ਅਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸੀ। ਆਸ਼ਕ ਵੇਖ ਬਹੇ ਇੱਕ ਵਾਰੀ ਜਿਉਂ ਤਿੰਨਾਂ ਪਰ ਵਾਰੇ। ਜੇਕਰ ਕੋਈ ਆਸ਼ਕ ਉਸਨੂੰ ਵੇਖ ਲੈਂਦਾ ਸੀ ਤਾਂ ਉਸ ਉਹਨਾਂ ਦੀ ਖਾਤਰ ਜਾਨ ਦੇਣ ਲਈ ਤਿਆਰ ਹੋ ਜਾਂਦਾ ਸੀ। ਬਾਲੂ ਰੇਤ ਤਪੇ ਵਿੱਚ ਬਲਦੇ ਭੁੰਨਣ ਜਿਉਂ ਪਠਿਆਰੇ। ਮਾਰੂਥਲ ਵਿੱਚ ਜਿਹੜੀ ਰੇਤ ਤਪ ਰਹੀ ਹੈ ਜਿਵੇਂ ਪਠਿਆਰੇ ਦੇ ਜਿਉਂ ਪਾਉਂਦੇ ਹੋਣ। ਹਾਸ਼ਮ ਵੇਖ ਯਕੀਨ ਸੱਸੀ ਦਾ ਫੇਰ ਨਹੀਂ ਦਿਲ ਹਾਰੇ। ਭਾਵ ਹਾਸ਼ਮ ਸ਼ਾਹ ਜਿਹੜਾ ਸੱਸੀ ਦਾ ਯਕੀਨ ਦੇਖ ਕੇ ਉਦੋਂ ਸਿਦਕ ਤੋਂ ਪਿੱਛੇ ਨਹੀਂ ਹਟੀ ਅਤੇ ਤਪਦੀ ਰੇਤ ਉੱਪਰ ਤੁਰ ਕੇ ਉੱਪਰ ਹੀ ਤੁਰਦੀ ਗਈ। ਦਿਲ ਵਿੱਚ ਤਪਸ ਥਲਾਂ ਦੀ ਗਰਮੀ ਆਣ ਫਰਾਕ ਰਜਾਣੀ। ਭਾਵ ਸੱਸੀ ਦੇ ਦਿਲ ਵਿੱਚ ਪੁੰਨ ਦੇ ਵਿਛੋੜੇ ਦੀ ਤਪਸ ਸੀ ਅਤੇ ਬਾਹਰ ਮਾਰੂਥਲ ਦੀ ਗਰਮੀ ਸੀ। ਕਚਰੁਕ ਨੈਣ ਦੇਣ ਦਿਲਵਰੀਆਂ ਚੋਣ ਲੱਭਾਂ ਵਿੱਚ ਪਾਣੀ। ਇਹਨਾਂ ਚੀਜ਼ਾਂ ਨੇ ਜਿਹੜਾ ਸੱਸੀ ਦੇ ਦਿਲ ਨੂੰ ਬਹੁਤ ਦੁਖੀ ਕਰ ਦਿੱਤਾ। ਉਸਦੇ ਨੈਣ ਕਿੰਨਾ ਚਿਰ ਦਿਲਵਰੀਆਂ ਦੇ ਸਕਦੇ ਆ। ਉਹ ਰੋ ਰੋ ਕੇ ਉਹਦੇ ਪਿਆਸੇ ਬੁੱਲਾਂ ਵਿੱਚ ਪਾਣੀ ਚੋ ਰਹੇ ਹਨ। ਫੇਰ ਫੇਰ ਡਾੜ ਕਰੇ ਹੱਟ ਦਿਲ ਦਾ ਪਰ ਜਦ ਬਹੁਤ ਵਿਹਾਣੀ। ਪਰ ਉਹ ਦਿਲ ਵਿੱਚ ਮੁੜ ਮੁੜ ਕੇ ਜਿਹੜੇ ਬਕਾਰੀ ਦੇ ਆ ਜੀ ਉੱਠਦੀ ਹੈ। ਹਾਸ਼ਮ ਯਾਦ ਭੰਭੋਰ ਪਾਇਓ ਸੋ ਟੁੱਟ ਗਿਆ ਮਾਣ ਨਮਾਣੀ। ਅੱਤ ਪੈਂਦਾ ਕਹਿੰਦਾ ਭਾਵ ਇਸ ਤਰ੍ਹਾਂ ਉਹਦੀ ਅੱਤ ਹੋ ਗਈ। ਉਸਦਾ ਭੰਭੋਰ ਸ਼ਹਿਰ ਯਾਦ ਆਇਆ ਜਿੱਥੇ ਉਸ ਸ਼ਹਿਜਾਦੀ ਸੀ, ਪਰ ਹੁਣ ਉਸ ਨਮਾਣੀ ਦਾ ਮਾਣ ਟੁੱਟ ਚੁੱਕਿਆ ਸੀਗਾ। ਜੇ ਜਾਣਾ ਛੱਡ ਜਾਣ ਸੁੱਤੀ ਨੂੰ ਇੱਕ ਪਲ ਪਲਕ ਨਾ ਚਮਕਾਂ। ਮਾਰੂਥਲ ਦੀ ਗਰਮੀ ਦੇ ਛੋੜੇ ਕਾਰਨ ਸੜੀ ਹੋਈ ਸੱਸੀ ਸੋਚ ਰਹੀ ਹੈ, ਜੇਕਰ ਮੈਨੂੰ ਪਤਾ ਹੁੰਦਾ, ਕਹਿੰਦੀ, ਜੇ ਪੁੰਨੂ ਨੇ ਸੁੱਤੇ ਪਈ ਨੂੰ ਛੱਡ ਜਾਣਾ ਤਾਂ ਮੈਂ ਸਾਰੀ ਰਾਤ ਜਾਗਦੀ ਰਹਿੰਦੀ, ਭਾਵ ਇੱਕ ਪਲ ਵੀ ਆਪਣੀ ਅੱਖਾਂ ਨੂੰ ਨਾ ਚਮਕਦੀ। ਗਰਦ ਹੋਇਆ ਵਿੱਚ ਗਰਦ ਥਲਾਂ ਦੀ ਵਾਂਗ ਜਵਾਹਰ ਦਮਕਾਂ। ਜੇ ਪੁੰਨੂ ਦੀ ਖਾਤਰ ਮਾਰੂਥਲ ਦੀ ਮਿੱਟੀ ਵਿੱਚ ਮਿਲ ਕੇ ਮੈਂ ਮਿੱਟੀ ਬਣ ਜਾਣਾ ਚਾਹੁੰਦੀ ਹਾਂ ਅਤੇ ਇਸ ਵਿੱਚ ਜਵਾਹਰ ਵਾਂਗ ਚਮਕਣਾ ਚਾਹੁੰਦੀ ਹਾਂ। ਜਲ ਵਾਂਗਰ ਰਲ ਦੇਣ ਦਿਖਾਲੀ ਥਲ ਮਾਰੂ ਦੀ ਚਮਕੇ। ਸੱਸੂ ਨੂੰ ਜਿਹੜੇ ਦੂਰੋਂ ਮਾਰੂਥਲ ਦੀ ਚਮਕ ਇਸ ਤਰ੍ਹਾਂ ਪ੍ਰਤੀਤ ਹੋ ਰਹੀ ਹੈ ਜਿਵੇਂ ਪਾਣੀ ਚੱਲ ਰਿਹਾ ਹੋਵੇ। ਹਾਸ਼ਮ ਕੌਣ ਸੱਸੀ ਬਣ ਵੇਖੇ ਇਸ ਇਸ਼ਕ ਦੀਆਂ ਰਮਕਾਂ। ਹਾਸ਼ਮ ਕਹਿੰਦਾ ਗਾ ਉਹ ਸੱਸੀ ਤੋਂ ਬਿਨਾਂ ਜਿਹੜੀਆਂ ਇਸ਼ਕ ਦੀਆਂ ਜ਼ੋਰਾਵਰੀਆਂ ਕੌਣ ਦੇਖਦਾ, ਭਾਵ ਕੌਣ ਕਰਨ ਦਾ ਹੌਂਸਲਾ ਰੱਖਦਾ ਗਾ। ਕੁਛ ਡਿੱਗਦੀ ਕੁਛ ਢੈਂਦੀ ਉੱਡਦੀ ਬਹਿੰਦੀ ਅਤੇ ਦਮ ਲੈਂਦੀ। ਭਾਵ ਉਹ ਤਪਦੇ ਮਾਰੂਥਲ ਵਿੱਚ ਡਿੱਗਦੀ ਢੈਂਦੀ ਕਦੇ ਉੱਡਦੀ ਕਦੇ ਬਹਿੰਦੀ ਦਾਮ ਲੈ ਕੇ ਅੱਗੇ ਨੂੰ ਚੱਲ ਰਹੀ ਸੀ। ਜਿਉਂ ਘਰ ਤੋਟ ਸ਼ਰਾਬੋਂ ਆਵੇ ਫੇਰ ਉੱਤੇ ਵੱਲ ਰਹਿੰਦੀ। ਜਿਵੇਂ ਸ਼ਰਾਬ ਨੂੰ ਤੋਟ ਜਿਵੇਂ ਸ਼ਰਾਬ ਦੀ ਤੋਟ ਆ ਗਈ ਹੋਵੇ ਡਿੱਗਣ ਮਗਰੋਂ ਫੇਰ ਉੱਡਦੀ ਸੀ ਅਤੇ ਅੱਗੇ ਚੱਲ ਪੈਂਦੀ ਸੀ। ਡੂੰਡੇ ਖੋਜ ਸੂਤਰ ਦਾ ਕੱਤ ਵੱਲ ਹਰਗਜ਼ ਭਾਲ ਨਾ ਪੈਂਦੀ। ਪਰ ਉਹ ਲੱਭ ਰਹੀ ਸੀ ਕਿਸੇ ਪਾਸੇ ਉਸਨੂੰ ਪੁੰਨੂ ਦੇ ਉੱਠ ਦਾ ਖੁਰ ਮਿਲ ਜਾਵੇ। ਹਾਸ਼ਮ ਜਗਤ ਨਾ ਕੋ ਕਿਉਂ ਗਰ ਗਾਵੇ ਪ੍ਰੀਤ ਸਪੂਰਨ ਜੈਂਦੀ। ਹਾਸ਼ਮ ਕਹਿੰਦਾ ਜਿਸ ਤਰ੍ਹਾਂ ਜਿਹੜੇ ਪ੍ਰੇਮੀ ਪਿਆਰ ਨੂੰ ਤੋਰ ਨਮਾਉਂਦੇ ਆ ਉਹ ਸੰਸਾਰ ਉਹਨਾਂ ਦੀ ਪ੍ਰੀਤ ਦੇ ਕਿੱਸੇ ਗਾਉਂਦਾ। ਸਿਰ ਧਰ ਖੋਜ ਉੱਤੇ ਗਸ ਆਈਆਂ ਮੌਤ ਸੱਸੀ ਦੀ ਆਈ। ਸੱਸੀ ਕਹਿੰਦਾ ਵਾ ਸਿਰ ਟਾਚੀ ਦੇ ਪੈਰ ਦੇ ਨਿਸ਼ਾਨ ਉੱਤੇ ਰੱਖ ਦਿੱਤਾ ਹੈ ਅਤੇ ਉੱਥੇ ਉਸ ਨੂੰ ਮੌਤ ਆ ਗਈ। ਖੁਸ਼ ਰਹੋ ਯਾਰ ਅਸਾਂ ਤੁਧ ਕਾਰਨ ਥਲ ਵਿੱਚ ਜਾਨ ਗਵਾਈ। ਉਸਦਾ ਦਿਲ ਕਹਿ ਰਿਹਾ ਗਾ ਮੇਰੇ ਪਿਆਰੇ ਤੂੰ ਖੁਸ਼ ਰਹਿ, ਅਸੀਂ ਤੇਰੇ ਬਦਲੇ ਵਿੱਚ ਥਲ ਵਿੱਚ ਆਪਣੀ ਜਿਹੜੀ ਜਾਨ ਗਵਾ ਦਿੱਤੀ ਹੈ। ਡਿੱਗਦੀ ਸਾਰ ਗਿਆ ਦਮ ਨਿਕਲ ਤਨ ਥੋ ਜਾਨ ਸਦਾਈ।
ਭਾਵ ਡਿੱਗਦਿਆਂ ਸਾਰ ਹੀ ਉਹਦੇ ਜਿਹੜਾ ਸਵਾਸ ਆ ਨਿਕਲ ਗਏ ਅਤੇ ਤਨ ਵਿੱਚੋਂ ਜਾਨ ਨਿਕਲ ਕੇ ਚਲੀ ਗਈ। ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ ਇਸ਼ਕ ਵੱਲੋਂ ਰਹਿ ਆਈ। ਭਾਵ ਹਾਸ਼ਮ ਜਿਹੜਾ ਉਸ ਪਰੋਂ ਉਸ ਰੱਬ ਦੇ ਲੱਖ ਲੱਖ ਸ਼ੁਕਰ ਕਰ ਰਿਹਾ ਕਿ ਇਸ ਇਸ਼ਕ ਆਸ਼ਕ ਦੇ ਰੂਪ ਵਿੱਚ ਉਸਦੀ ਇੱਜ਼ਤ ਰਹਿ ਗਈ ਅਤੇ ਉਹ ਇਸ਼ਕ ਨੂੰ ਨੇਪਰੇ ਚੜ੍ਹਾਉਣ ਵਿੱਚ ਸਫਲ ਰਹੀ ਹੈ।